ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਨੂੰ ਕਥਿਤ ਤੌਰ ਤੇ ਬਲੈਕਮੇਲ ਕਹੇ ਜਾਣ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਤੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਮਜੀਠੀਆ ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਵੇਗੀ ਕਿ ਜੇਕਰ ਉਹ ਲੁਧਿਆਣਾ ਤੋਂ ਚੋਣ ਲੜਨ। ਬੀਤੇ ਦਿਨੀ ਮਜੀਠੀਆ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਇੱਕ ਵਾਰ ਫੇਰ ਉਹਨਾਂ ਦੁਹਰਾਉਂਦਿਆਂ ਮਜੀਠੀਆ ਤੇ ਨਸ਼ਾ ਤਸਕਰੀ ਸੰਬੰਧੀ ਆਰੋਪ ਲਗਾਏ। ਆਵਾਜ਼ੇ ਖਲਕ ਨਗਾੜਾ ਏ ਖੁਦਾ, ਲੋਕਾਂ ਨੂੰ ਸਭ ਪਤਾ, ਮੈਨੂੰ ਕਿਸੇ ਕੋਲੋਂ, ਮਜੀਠੀਆ ਕੋਲੋਂ, ਸੁਖਬੀਰ ਬਾਦਲ ਕੋਲੋਂ, ਕਿਸੇ ਵਿਅਕਤੀ ਵਿਸ਼ੇਸ਼, ਕਿਸੇ ਲੀਡਰ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਬੈਂਸ ਕੀ ਹੈ। ਉਹ ਲੋਕ ਜਾਣਦੇ ਆ ਮਜੀਠੀਆ ਕੀ ਆ ਅਤੇ ਬੈਂਸ ਕੀ ਆ। ਮੈਂ ਤਾਂ ਬੜੇ ਅਦਬ ਸਤਿਕਾਰ ਦੇ ਨਾਲ ਕਿਹਾ ਸੀ ਕਿ ਜੇ ਮਜੀਠੀਆ ਲੁਧਿਆਣਿਓਂ ਇਲੈਕਸ਼ਨ ਲੜ ਲਏ ਤਾਂ ਮੇਰੀ ਖੁਸ਼ਕਿਸਮਤੀ ਹੈ, ਮੈਂ ਸਮਝੂਗਾ ਵੀ ਮੇਰਾ ਜੀਵਨ ਸਫਲ ਹੋ ਗਿਆ। ਉਹ ਬੰਦਾ ਜਿਹਦੇ ਨਾਮ ਦੇ ਉੱਤੇ ਲੋਕ ਗੀਤ ਬਣ ਗਏ, ਬੱਚਾ ਬੱਚਾ ਬੋਲਦਾ ਮਜੀਠੀਆ ਚਿੱਟਾ ਤੋਲਦਾ, ਚਿੱਟਾ ਗਲੀ ਗਲੀ ਆ, ਚੋਰ ਕੁੱਤੀ ਰਲੀ ਆ। ਮੈਂ ਤਾਂ ਕੁਛ ਕਿਹਾ ਹੀ ਨਹੀਂ ਗਾ, ਮੈਂ ਤਾਂ ਸਿਰਫ ਇਹ ਕਹਿੰਦਾ ਵੀ ਉਹ ਲੁਧਿਆਣੇ ਆਵੇ, ਲੁਧਿਆਣੇ ਵਾਲੇ ਵੋਟਰਾਂ ਦਾ ਧੰਨ ਭਾਗ ਹੋਵੇ, ਲੁਧਿਆਣੇ ਵਾਲੇ ਵੋਟਰ ਖੁਸ਼ਕਿਸਮਤ ਹੋਣ, ਜਿਹੜੇ ਬੰਦੇ ਨੇ ਪੰਜਾਬ ਦੀ ਧਰਤੀ 'ਤੇ ਚਿੱਟੇ ਦਾ ਬੂਟਾ ਲਾਇਆ ਉਹਨੂੰ ਸਜ਼ਾ ਦੇਣ। ਸੋ ਫਰਸਟ੍ਰੇਟ ਹੋ ਕੇ ਜੋ ਮਰਜ਼ੀ ਬੋਲੀ ਜਾਵੇ, ਮੈਨੂੰ ਕਿਸੇ ਕੋਲੋਂ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਉਹਨਾਂ ਕੇਂਦਰ ਦੀ NDA ਸਰਕਾਰ ਤੇ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਤੋਂ ਪਲਟਣ ਦਾ ਵੀ ਆਰੋਪ ਲਗਾਇਆ। ਉੱਥੇ ਹੀ ਹਾਲ ਹੀ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਚੋਣ ਘੋਸ਼ਣਾ ਪੱਤਰਾਂ ਨੂੰ ਵੀ ਖੋਖਲਾ ਦੱਸਿਆ। ਸ਼੍ਰੀ ਨਰਿੰਦਰ ਮੋਦੀ ਜਿਹੜੇ 2014 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਚੋਣ ਮੈਨੀਫੈਸਟੋ 56 ਇੰਚ ਦਾ ਸੀਨਾ, ਇਹ ਕਹਿੰਦੇ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਰਿਕਮੈਂਡੇਸ਼ਨ ਅਸੀਂ ਲਾਗੂ ਕਰ ਦੇਣੀ ਹੈ। 5 ਸਾਲ ਕੁਛ ਲਾਗੂ ਨਹੀਂ ਹੋਇਆ। ਉਹੀ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਅੰਦਰ 2.5 ਕਰੋੜ ਬੇਰੁਜ਼ਗਾਰ ਯੂਥ ਨੂੰ ਨੌਕਰੀਆਂ ਦਿੰਦੇ ਸੀ, ਕਿੰਨੀਆਂ ਨੌਕਰੀਆਂ ਮਿਲੀਆਂ? ਕੋਈ ਨੌਕਰੀ ਨਹੀਂ। ਅੱਜ ਮੋਦੀ ਸਾਹਿਬ ਨੂੰ ਕਿਸਾਨਾਂ ਦਾ ਫਿਰ ਪਿਆਰ ਜਾਗਣਾ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਬਰਸਾਤਾਂ ਆਉਂਦੀਆਂ ਤਾਂ ਡੱਡੂ ਟਰੈਂ ਟਰੈਂ ਕਰਨ ਲੱਗ ਜਾਂਦੇ ਆ, ਵੋਟਾਂ ਆਉਂਦੀਆਂ ਨੇ ਅਤੇ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰ ਵੱਧ ਤੋਂ ਵੱਧ ਝੂਠ ਬੋਲਦੇ ਆ। ਮੋਦੀ ਸਾਹਿਬ ਕਹਿ ਰਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਆਂਗਾ, ਟੋਟਲ ਝੂਠ ਬੋਲਦੇ ਆ। ਅੱਜ ਤੱਕ ਮੋਦੀ ਸਾਹਿਬ ਨੇ ਦੇਸ਼ ਦੇ ਕਿਸਾਨ ਲਈ ਕੀਤਾ ਕੀ ਹੈ? ਸੜਕਾਂ ਦੀ ਗੱਲ ਕਰਦੇ ਆ ਕਿ ਜਿਹੜੇ ਸੜਕਾਂ ਦੇ ਪ੍ਰੋਜੈਕਟ ਅਨਕੰਪਲੀਟ ਪਏ ਆ, ਮੈਂ ਕੰਪਲੀਟ ਕਰ ਦੂੰਗਾ। ਸੜਕਾਂ ਤੋਂ ਜਿਹੜਾ ਟੋਲ ਇਕੱਠਾ ਕੀਤਾ ਜਾ ਰਿਹਾ, ਤਾਂ ਬਹੁਤ ਵੱਡਾ ਮਾਫੀਆ ਪੂਰੇ ਦੇਸ਼ ਦੇ ਅੰਦਰ, ਜਿੰਨਾ ਟੋਲ ਦੀ ਕੁਲੈਕਸ਼ਨ ਆ ਉਹਦਾ 50% ਵੀ ਸੜਕਾਂ 'ਤੇ ਖਰਚ ਨਹੀਂ ਹੋ ਰਿਹਾ, 50% ਇਹਨਾਂ ਦੇ ਪੁੱਤ ਭਤੀਜੇ ਖਾ ਰਹੇ ਆ। ਸੋ ਮੋਦੀ ਸਾਹਿਬ ਕਾਂਠ ਕੀ ਹਾਂਡੀ ਇੱਕ ਵਾਰ ਚੜ੍ਹਦੀ ਆ, ਵਾਰ ਵਾਰ ਨਹੀਂ। ਮੋਦੀ ਸਾਹਿਬ ਜੋ ਮਰਜ਼ੀ ਝੂਠ ਬੋਲ ਲੈਣ, ਰਾਹੁਲ ਗਾਂਧੀ ਜੋ ਮਰਜ਼ੀ ਝੂਠ ਬੋਲ ਲਵੇ, ਮੋਦੀ ਨੇ 15 ਲੱਖ ਰੁਪਈਆ ਹਰੇਕ ਦੇਸ਼ਵਾਸੀ ਦੇ ਖਾਤੇ 'ਚ ਪਾਉਣਾ ਸੀ, ਰਾਹੁਲ ਗਾਂਧੀ ਨੇ ਉਦੋਂ ਝੂਠ ਵੱਡਾ ਬੋਲਤਾ ਵੀ ਮੈਂ 72,000 ਰੁਪਈਆ ਸਾਲ ਦਾ ਪਾ ਦਿਆ ਕਰੂੰਗਾ। ਮੈਂ ਤਾਂ ਪੁੱਛਣਾ ਚਾਹੂੰਗਾ ਰਾਹੁਲ ਗਾਂਧੀ ਨੂੰ ਵੀ ਮੋਦੀ ਵਾਲਾ ਖਾਤਾ ਅਸੀਂ ਰੱਖੀਏ ਜਾਂ ਖਾਤਾ ਵੀ ਨਵਾਂ ਖੁਲਾ ਲਈਏ 72,000 ਵਾਸਤੇ। ਸੋ ਇਹ ਜਿੰਨੇ ਝੂਠ ਬੋਲਦੇ ਆ, ਜਿੰਨੇ ਤੂਫਾਨ ਤੋਲਦੇ ਆ ਲੋਕ ਵੋਟਰ ਦੇਸ਼ ਦਾ, ਸਭ ਗੱਲਾਂ ਮੋਦੀ ਦੀਆਂ ਤੇ ਰਾਹੁਲ ਦੀਆਂ ਸਮਝ। ਬਿਊਰੋ ਰਿਪੋਰਟ, ਲੁਧਿਆਣਾ ਵਿਊ।